ਇੰਜ ਕਰੋ ਸਾਰੇ ਹੀ ਤੁਸੀਂ ਲੰਮੇ ਬਹਿ ਜਾਓ, ਫਿਰ ਮੈਂ ਤੁਹਾਡੇ ਉੱਤੇ ਉਹ ਸੂਰਤ ਪੜਾਂ ਜਿਹੜੀ ਸਾਡੇ ਵਜ਼ੀਰਾਂ ਨੂੰ ਨਹੀਂ ਆਉਂਦੀ, ਕਿਉਂਕਿ ਤਬਦੀਲੀ ਆ ਗਈ ਹੈ। ਬੰਦਿਆਂ ਬੁਰਕੇ ਪਾ ਲਏ ਨੇ, ਔਰਤਾਂ ਲਾ ਦਿੱਤੇ ਨੇ, ਤਬਦੀਲੀ ਆ ਗਈ ਏ। ਮਰਦਾਂ ਗਿੱਠੇ ਕੱਜ ਲਏ ਨੇ, ਔਰਤਾਂ ਗਿੱਠੇ ਨੰਗੇ ਕਰ ਲਏ ਨੇ, ਤਬਦੀਲੀ ਆ ਗਈ ਏ। ਮਰਦ ਘਰ ਬੈਠੇ ਨੇ, ਔਰਤਾਂ ਦੁਕਾਨਾਂ ਪਈਆਂ ਚਲਾਉਂਦੀਆਂ ਨੇ, ਤਬਦੀਲੀ ਆ ਗਈ ਏ। ਬੰਦੇ ਘਰ ਬੈਠੇ ਨੇ, ਬੀਬੀਆਂ ਸ਼ਮਲੀ 'ਚ ਬੈਠੀਆਂ ਨੇ, ਤਬਦੀਲੀ ਆ ਗਈ ਏ। ਓਏ ਮੀਆਂ ਬੰਦੇ ਘਰ ਬੈਠੇ ਨੇ, ਬੇਗਮ ਸਾਹਿਬ ਅਮਰੀਕਾ ਕਾਫਰਾਂ ਨਾਲ ਮੁਜ਼ਾਕਰਾਤ ਪਈ ਕਰਦੀ ਏ, ਤਬਦੀਲੀ ਆ ਗਈ ਏ। ਬਾਪ ਬਾਹਰ ਬੈਠੇ ਤੇ ਨੌਜਵਾਨ ਦੀ ਅੰਦਰ ਕਮਰੇ 'ਚ ਜਾ ਕੇ ਇੰਟਰਵਿਊ ਪਈ ਦਿੰਦੀ ਏ, ਤਬਦੀਲੀ ਆ ਗਈ। ਬਾਪ ਪੁੱਤਰ ਦੇ ਖਿਲਾਫ ਹੋ ਗਿਆ ਕਿਉਂਕਿ ਤਬਦੀਲੀ ਆ ਗਈ ਏ। ਪੁੱਤਰ ਪਿਓ ਦੇ ਖਿਲਾਫ ਹੋ ਗਿਆ ਕਿਉਂਕਿ ਤਬਦੀਲੀ ਆ ਗਈ ਏ। ਨੌਜਵਾਨ ਦੀ ਮਾਂ ਦੀ ਗੱਲ ਨਹੀਂ ਮੰਨਦੀ ਕਿਉਂਕਿ ਤਬਦੀਲੀ ਆ ਗਈ ਏ। ਬੁੜਾ ਪਿਓ ਪਾਣੀ ਮੰਗਦਾ, ਪੁੱਤਰ ਪਾਣੀ ਨਹੀਂ ਦਿੰਦਾ ਕਿਉਂਕਿ ਤਬਦੀਲੀ ਆ ਗਈ ਏ। ਜ਼ੁਲਮ ਦਾ ਬਾਜ਼ਾਰ ਗਰਮ ਹੋ ਗਿਆ, ਤਬਦੀਲੀ ਆ ਗਈ ਏ। 50,000 ਮਕਾਨ ਬਣਾ ਕੇ ਦੇਣਾ ਨੇ, 2 ਲੱਖ ਢਾਹ ਛੋੜਿਆ ਨੇ, ਤਬਦੀਲੀ ਆ ਗਈ ਏ। ਮੀਆਂ ਤਬਦੀਲੀ ਆ ਗਈ ਏ। ਬੇਦੀਨੀ ਦਾ ਸੈਲਾਬ ਹੋ ਗਿਆ, ਮਸੀਤਾਂ ਦੀ ਚੈਕਿੰਗ ਹੋ ਰਹੀ ਏ, ਸੈਨਵੇਂ ਨਵੇਂ ਬਣਾਏ ਜਾ ਰਹੇ ਨੇ, ਤਬਦੀਲੀ ਆ ਰਹੀ ਏ। ਮੌਲਵੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਕੰਜਰਾਂ ਨੂੰ ਵਜ਼ੀਰ ਬਣਾਇਆ ਜਾ ਰਿਹਾ, ਤਬਦੀਲੀ ਆ ਗਈ ਏ। ਇਸ ਵਾਸਤੇ ਮੀਆਂ ਖੁਦਾ ਦਾ ਵਾਸਤਾ, ਇਹ ਤਬਦੀਲੀ ਤੁਹਾਨੂੰ ਮੁਬਾਰਕ ਹੋਵੇ। ਇਮਰਾਨ ਖਾਨ ਤੋਂ ਸੋਹਣਾ ਵੀ ਬਣਾ, ਤੂੰ ਛੱਕੇ ਮਾਰ ਕੇ ਮੈਚ ਵੀ ਜਿੱਤ ਲਈ ਨੇ। ਮੇਰੀ ਗੁਜ਼ਾਰਿਸ਼ ਏ, ਮੈਂ ਤਾਰੇ ਬਿਲਾਵਾਂ, ਮੈਂ ਕਿਸੇ ਦੇ ਖਿਲਾਫ਼ ਸਿਆਸੀ ਗੱਲ ਨਹੀਂ ਕਰਦਾ ਕਿਉਂਕਿ ਮੈਂ ਵੋਟ ਮੰਗਣਾ ਹੀ ਨਹੀਂ, ਮੈਨੂੰ ਕਿਸੇ ਦੇਣਾ ਹੀ ਨਹੀਂ। ਮੈਂ ਤੇਰਾ ਮੁਕਾਬਲਾ ਨਹੀਂ ਕਰ ਸਕਦਾ। ਤੂੰ ਆਖਿਆ ਰਿਆਸਤ ਮਦੀਨਾ ਬਣਾ, ਅੱਲਾ ਦੀ ਕਸਮੇ ਤੂੰ ਬਣਾ, ਸਭ ਤੋਂ ਪਹਿਲੇ ਕੁਰਬਾਨੀ ਮੈਂ ਦੇਵਾਂਗਾ, ਰਿਆਸਤ ਮਦੀਨਾ ਬਣ ਜਾਏ। ਪਰ ਬਣੇਗੀ ਕਿਵੇਂ ਕਿ ਜਬ ਕੌਮ ਸਹਾਬਾ ਕੀ ਸੀਰਤ ਅਪਣਾਏ, ਜਬ ਕੌਮ ਸਹਾਬਾ ਕੀ ਸੀਰਤ ਅਪਣਾਏਗੀ, ਤਬਦੀਲੀ ਆਏਗੀ, ਤਬਦੀਲੀ ਆਏਗੀ। ਪੜ ਲਓ ਸਾਰੇ, ਜਬ ਕੌਮ ਸਹਾਬਾ ਕੀ ਸੀ, ਗੁੰਗੇ ਨਾ ਬੋਲਣ ਬਾਕੀ ਬੋਲਣ, ਜਬ ਕੌਮ ਸਹਾਬਾ ਕੀ ਸੀਰਤ ਅਪਣਾਏਗੀ, ਤਬਦੀਲੀ ਆਏਗੀ, ਤਬਦੀਲੀ ਆਏਗੀ। ਭਾਈ ਮੁਛਾਲਿਆ ਸੋਹਣਾ ਬੜਾ ਲੱਗਦਾ ਬੇਟਾ, ਉੱਚੀ ਪੜ ਲੈ, ਜਬ ਕੌਮ ਸਹਾਬਾ ਕੀ, ਜਬ ਕੌਮ ਸਹਾਬਾ ਕੀ ਸੀਰਤ ਅਪਣਾਏਗੀ, ਤਬਦੀਲੀ ਆਏਗੀ, ਤਬਦੀਲੀ ਆਏਗੀ। ਕੁਰਾਨ ਮੁਕੱਦਸ ਕੋ ਸੀਨੇ ਸੇ ਲਗਾਏਗੀ, ਤਬਦੀਲੀ ਆਏਗੀ, ਤਬਦੀਲੀ ਆਏਗੀ। ਮੂੰਹ ਤੂੰ ਲਾ ਦੇ ਪੜ ਭਾਈ, ਤਬਦੀਲੀ ਆਏਗੀ, ਤਬਦੀਲੀ ਆਏਗੀ। ਮੀਆਂ ਸਾਹਿਬ ਕਹਿੰਦੇ ਦੁੱਧ ਅੱਖਾਂ ਦਾ, ਇਹ ਦੁੱਧ ਅੱਖਾਂ ਦਾ ਤੇ ਦੁੱਧ ਮੱਝਾਂ ਦਾ, ਮੁਹੰਮਦ ਬਖਸ਼ ਰਹਿਮਤੁਲਲਾਹ ਅਲੈਹ ਆਖਰੀ ਉਮਰ ਚ ਨਾ ਉਹਨਾਂ ਨੂੰ ਤਕਲੀਫ ਹੋਈ ਸੀ, ਥੋੜੀ ਜਿਹੀ ਗਰਦਨ ਉਹਨਾਂ ਦੀ ਇੰਜ ਹੋ ਗਈ ਸੀ, ਇੰਜ ਕਰਕੇ ਟੁੱਟਦੇ ਸੀ, ਜਾ ਰਹੇ ਸੀ ਤੇ ਔਰਤਾਂ ਨਾ ਕੂਹੇ ਤੋਂ ਲੜਕੀਆਂ ਪਾਣੀ ਭਰ ਰਹੀਆਂ ਸਨ, ਤੇ ਉਹਨਾਂ ਵੇਖ ਕੇ ਨਾ ਮਜ਼ਾਕ ਉਡਾਇਆ ਹਜ਼ਰਤ ਦਾ, ਵੀ ਇੰਜ ਗਿੱਚੀ ਕੀਤੀ ਹੋਈ। ਹਜ਼ਰਤ ਸੁਣ ਲਿਆ, ਬਾਬਾ ਜੀ ਹੁਣ ਵਾਪਸ ਆ ਗਿਆ, ਕਹਿਣ ਕਿ ਮੇਰੀ ਪਿਆਰੀ ਬੇਟੀਓ, ਇਹ ਭਾਂਡੇ ਤੇ ਹੱਸੀ ਹੋ ਜਾਂ ਕੁਬਾਰ ਤੇ ਹੱਸੀ ਹੋ, ਖੁਦਾ ਦੀ ਕਸਮ ਇਹ ਭਾਂਡੇ ਤੇ ਹੱਸੀ ਹੋ ਜਾਂ ਗੁਬਾਰ ਤੇ ਹੱਸੀ ਹੋ, ਯਾਨੀ ਮੇਰੇ ਤੇ ਹੱਸੀ ਹੋ ਜਾਂ ਬਣਾਉਣ ਵਾਲੇ ਤੇ ਹੱਸੀ ਹੋ। ਉਹਨਾਂ ਉੱਥੇ ਆਖਿਆ ਲੋਏ ਲੋਏ, ਉਹ ਭਾਂਡੇ ਫੜਦੀ ਪਜਾਨ ਤੇ ਫਿਕਰ ਆਖਰਤ ਦਿਲਾਈ, ਲੋਏ ਲੋਏ ਭਰ ਲੈ ਕੁੜੀਏ, ਜੇ
ਦੁੱਧ ਪਾਂਡਾ ਭਰਨਾ। ਯਾਰ ਸਾਰੇ ਛੱਡਦੇ ਕਿਉਂ ਲੁਸਾਈ ਜਾਂਦਾ, ਸਾਰੇ ਛੱਡਦੇ ਕਿਉਂ ਲੁਸਾਈ ਜਾਂਦਾ। ਹੁਣ ਬਾਜੀ ਥੋੜੇ ਜਿਹਾ ਗਏ ਨੇ, ਕਮਾਲ ਹੈ ਯਾਰ। ਐਵੇਂ ਮੌਲਵੀਆਂ ਨੂੰ ਗਿਣ ਗਿਣ ਕੇ ਦਿੰਦੇ ਹੋ ਤੇ ਉਛਾਲ ਉਛਾਲ ਕੇ ਦਿੰਦੇ ਹੋ ਅੱਲਾ ਦੇ ਬੰਦੇ ਹੋ। ਇਹ ਮੈਂ ਪਹਿਲੇ ਤਾਂ ਨੇ ਦੱਸ ਦੇਵਣੇ ਕਈ ਨਾ, ਇੰਜ ਨਾ ਦਿੱਤੇ ਕਰੋ ਇੰਜ ਦਿੱਤੇ। ਹਾਂ ਬਸ ਇਹ ਪਹਿਲੇ ਮੈਂ ਦੱਸਾਂ ਤਾਂ ਤੁਸੀਂ ਦੇਵਣੇ ਕਈ ਨਾ। ਕਹਿੰਦੇ ਨੇ ਲੋਏ ਲੋਏ ਭਰ ਲੈ ਕੁੜੀਏ। ਇਹ ਸ਼ੇਰ ਮੈਂ ਤੁਹਾਡੀ ਨਜ਼ਰ ਪਿਆ ਕਰਨਾ, ਤੁਹਾਡੀ ਨਜ਼ਰ ਤੁਹਾਡੀ ਨਜ਼ਰ ਸ਼ੇਰ ਪਿਆ ਕਰਨਾ, ਅੱਲਾ ਵਾਸਤੇ ਪਿਆ ਕਰਨਾ। ਤਵਜੋ ਰਹਿ ਲੋਏ ਲੋਏ ਭਰ ਲੈ ਕੁੜੀਏ, ਜੇ ਦੁੱਧ ਪਾਂਡਾ ਭਰਨਾ। ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਤੂੰ ਘਰ ਜਾਂਦੀ ਨੇ ਡਰੇ ਨਾ। ਤੇ ਮੀਆਂ ਸਾਹਿਬ ਕਹਿੰਦੇ ਦੁੱਧ ਅੱਖਾਂ ਦਾ ਤੇ ਦੁੱਧ ਮੱਝਾਂ ਦਾ, ਤੇ ਰੰਗ ਦੋਹਾਂ ਦਾ ਚਿੱਟਾ। ਇੱਕ ਕੌੜਾ ਇੱਕ ਮਿੱਠਾ, ਪੀ ਕੇ ਵੇਖੀ। ਔਰ ਬਾਬਾ ਬਾਹੂ ਕਹਿੰਦਾ ਤਸਬੀ ਫਿਰੀ ਤਸਬੀ 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 ਸਾਰੇ ਜਾਗ ਬਿਨਾ ਦੁੱਧ ਜੰਮਦੇ ਨਹੀਂ ਬਾਹੂ, ਜਾਗ ਬਿਨਾ ਥਕੀ ਕੌਮ ਥੱਕ ਗਇਓ ਥੱਕ ਗਇਓ ਥੱਕ ਗਇਓ, ਆਸ਼ਿਕ ਥੱਕਦੇ ਨਹੀਂ ਜਾਗ ਬਿਨਾ। ਭਾਵੇਂ ਲਾਲ ਹੋਵਣ ਕੜ ਕੜਕੇ, ਹੁਣ
ਤਾਂ ਸੁਭਾਨ ਅੱਲਾਹ ਉੱਚੀ ਕਰੇ। ਹਮ ਜਾ ਰਹੇ ਹੈਂ, ਇਹ ਮਹਿਫਲ ਬਾਕੀ ਰਹੇਗੀ। ਹਜ਼ਰਾਤ ਅਭੀ ਤਸ਼ਰੀਫ ਫਰਮਾਏ, ਨਾਤ ਖਾਨ ਹਜ਼ਰਾਤ ਨਾਤੇ ਪੜ੍ਹੇਂਗੇ, ਲੇਕਿਨ ਆਪ ਹਜ਼ਰਾਤ ਨੇ ਹਮਾਰੇ ਇਲਾਵਾ ਜਾਣੇ ਕੀ ਕੋਸ਼ਿਸ਼ ਕਿਉਂ ਵਾਅਦਾ ਕਰਤੇ ਹੋ? ਸਾਰੀ ਮਹਿਫਲ ਸੁਣ ਕੇ ਜਾਏਂਗੇ, ਕਿਉਂਕਿ ਹਜ਼ਰਤ ਦੁਆ ਕਰਾਏਂਗੇ ਔਰ ਦੁਆ ਇਬਾਦਤ ਕਾ ਮਗਜ਼ ਹੈ। ਆਪ ਦੁਆ ਸੇ ਪਹਿਲੇ ਨਾ ਜਾਏ, ਸਵਾਬ ਹੋਗਾ। ਲੇਕਿਨ ਰਿਆਸਤ ਮੇਰਾ ਸਾਥੀ ਸਿਰਫ 2 ਮਿੰਟ ਤੋਂ 1.5 ਮਿੰਟ ਆਪਣਾ ਕਲਾਮ ਪੜ੍ਹੇਗਾ, ਇਸ ਸਾਥੀ ਦੀ ਇਤਨੀ ਖਿਦਮਤ ਕਰ ਦੇਣਾ, ਇਹ ਫੈਸਲਾ ਬਾਅਦ ਤੱਕ ਆਖੇ ਉਸਮਾਨੀ ਸਾਹਿਬ ਵਾਪਸ ਨਾ ਜਾਵੀ, ਇਤਨੀ ਖਿਦਮਤ ਕਰ ਦੇਣਾ ਬਸ। ਜਜ਼ਾਕ ਅੱਲਾਹ, ਸਾਰੇ ਕੋਈ ਦੋਸਤ ਖਾਲੀ ਨਾ ਰਹੇ, ਨਾਤ ਖਾਨ ਦੀ ਖਿਦਮਤ ਕਰੋ। ਸਵਾਲ